ਅਵਾਜੇ ਕਾਪ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੇ ਮੁੱਖ ਖਬਰਾਂ ਦੇ ਇੱਕ ਨਜ਼ਰ ਮਾਰਦੇ ਹਾਂ। ਬੀਜੇਪੀ ਜੇਜੇਪੀ ਦੇ ਗੱਠਜੋੜ ਦੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿੱਚ ਅੰਧ ਵਿਸ਼ਵਾਸ ਪ੍ਰਸਤਾਵ ਤੇ ਵੋਟਿੰਗ ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਜੇਜੇਪੀ ਦੇ ਪ੍ਰਧਾਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਟਵੀਟ ਕਰਕੇ ਭਾਜਪਾ ਜੇਜੇਪੀ ਗੱਠਜੋੜ ਨੂੰ ਜਿੰਦਾਬਾਦ ਕਿਹਾ। ਉਹਨਾਂ ਕਿਹਾ ਕਿ ਜਨ ਨਾਇਕ ਤਾਓ ਦੇਵੀ ਲਾਲ ਦੇ ਵਿਚਾਰ ਜਿਉਂਦੇ ਹਨ, ਕਿਸਾਨ ਹਿਤੈਸ਼ੀ, ਭਾਜਪਾ ਜੇਜੇਪੀ ਸਰਕਾਰ ਜਿੰਦਾਬਾਦ। ਦੱਸ ਦਈਏ ਕਿ ਭਾਜਪਾ ਜੇਜੇਪੀ ਗੱਠਜੋੜ ਦੀ ਸਰਕਾਰ ਦੇ ਵਿਰੁੱਧ ਕਾਂਗਰਸ ਵੱਲੋਂ ਲਿਆਂਦੇ ਗਏ ਭਰੋਸੇ ਦੇ ਪ੍ਰਸਤਾਵ ਦੇ ਹੱਕ ਵਿੱਚ 32 ਵੋਟਾਂ ਪਈਆਂ ਅਤੇ ਵਿਰੋਧੀ ਧਿਰ ਦੇ ਹੱਕ ਵਿੱਚ 55 ਵੋਟਾਂ ਪਈਆਂ। ਇਸ ਦੱਸ ਦਈਏ ਕਿ ਵਿਧਾਨ ਸਭਾ ਵਿੱਚ ਕਾਂਗਰਸ ਦੇ 30 ਵਿਧਾਇਕ ਨੇ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿੱਚ ਇਸ ਸਮੇਂ ਕੁੱਲ ਮੈਂਬਰਾਂ ਦੀ ਗਿਣਤੀ 88 ਹੈ, ਜਿਨ੍ਹਾਂ ਵਿੱਚੋਂ ਸੱਤਾਧਾਰੀ ਭਾਜਪਾ ਦੇ 40 ਮੈਂਬਰ ਨੇ ਅਤੇ ਜੇਜੇਪੀ ਦੇ 10 ਮੈਂਬਰ ਨੇ। ਸਦਨ ਵਿੱਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ 7 ਹੈ, ਇੱਕ ਮੈਂਬਰ ਹਰਿਆਣਾ ਲੋਕ ਹਿੱਤ ਪਾਰਟੀ ਦੇ ਨਾਲ ਸੰਬੰਧਿਤ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਨੂੰ ਨੰਦੀਗ੍ਰਾਮ ਵਿੱਚ ਜ਼ਖਮੀ ਹੋ ਗਏ ਹਨ। ਉਹਨਾਂ ਦੇ ਪੈਰ ਕੁਚਲਣ ਦਾ ਦੋਸ਼ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਇੱਕ ਸਾਜ਼ਿਸ਼ ਦੇ ਤਹਿਤ ਇਹ ਸਭ ਕੁਝ ਹੋਇਆ ਹੈ ਅਤੇ ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ। ਉਹਨਾਂ ਨੇ ਟੈਲੀਵਿਜ਼ਨ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਸਮੇਂ ਇਹ ਘਟਨਾ ਉਹਨਾਂ ਦੇ ਨਾਲ ਵਾਪਰੀ ਸੀ, ਸਥਾਨਕ ਪੁਲਿਸ ਵੀ ਉਹਨਾਂ ਦੇ ਨਾਲ ਨਹੀਂ ਸੀ। ਦੱਸ ਦਈਏ ਕਿ ਮਮਤਾ ਬੈਨਰਜੀ ਨੇ ਇਸ ਵਾਰ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਬਠਿੰਡਾ ਵਿਖੇ ਅੱਜ ਆਲ ਪੰਜਾਬ ਆਂਗਨਵਾੜੀ ਯੂਨੀਅਨ ਵੱਲੋਂ ਇਕੱਠ ਕਰਕੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਦਰਅਸਲ ਬੀਤੇ ਕੱਲ੍ਹ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪੁਲਿਸ ਵੱਲੋਂ ਬੈਰੀਕੇਡ ਲਾਉਂਦੇ ਹੋਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਆਂਗਨਵਾੜੀ ਮੁਲਾਜ਼ਮ ਬੈਰੀਕੇਡ ਤੋੜ ਕੇ ਮਨਪ੍ਰੀਤ ਬਾਦਲ ਦੇ ਦਫ਼ਤਰ ਪਹੁੰਚ ਗਏ। ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਧੱਕਾ ਮੁੱਕੀ ਵੀ ਕੀਤੀ। ਆਂਗਨਵਾੜੀ ਵਰਕਰਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇਸ ਦੌਰਾਨ ਉਹਨਾਂ ਨਾਲ ਗਲਤ ਹਰਕਤਾਂ ਕੀਤੀਆਂ ਤੇ ਬਦਸਲੂਕੀ ਵੀ ਕੀਤੀ। ਉਧਰ ਪੰਜਾਬ ਵਿਧਾਨ ਸਭਾ ਵਿੱਚ ਹੰਗਾਮੇ ਮਗਰੋਂ ਅਕਾਲੀ ਵਿਧਾਇਕਾਂ ਨੇ ਨਾਅਰੇਬਾਜ਼ੀ ਦੇ ਬਾਅਦ ਸਦਨ ਵਿੱਚੋਂ ਅੱਜ ਵਾਕਆਊਟ ਕਰ ਦਿੱਤਾ। ਅਕਾਲੀ ਵਿਧਾਇਕ ਬੇਗਮ ਜੀਠੇ ਨੇ ਇਲਜ਼ਾਮ ਲਗਾਏ ਹਨ ਕਿ 8 ਮਾਰਚ ਦੇ ਪ੍ਰਦਰਸ਼ਨ ਕਰ ਰਹੀਆਂ ਆਂਗਨਵਾੜੀ ਮੁਲਾਜ਼ਮਾਂ ਦੇ ਨਾਲ ਕਾਂਗਰਸੀ ਵਿਧਾਇਕਾਂ ਨੇ ਬਦਸਲੂਕੀ ਕੀਤੀ ਹੈ, ਇਸ ਲਈ ਅਕਾਲੀ ਦਲ ਨੇ ਕਾਂਗਰਸੀ ਵਰਕਰਾਂ ਤੇ ਪੁਲਿਸ ਕਰਮਚਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦਮਦਮੀ ਟਕਸਾਲ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸ਼ੁੱਧ ਪਾਠ ਸਮਾਗਮ ਦੀ ਆਰੰਭਤਾ ਕੀਤੀ ਗਈ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਅਤੇ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਇਹ ਪਾਠ ਬੋਧ ਸਮਾਗਮ 16 ਅਪ੍ਰੈਲ ਤੱਕ ਚੱਲੇਗਾ। ਸਮਾਗਮ ਦੇ ਦੌਰਾਨ ਸਕੂਲੀ ਬੱਚੀਆਂ, ਔਰਤਾਂ ਅਤੇ ਨੌਜਵਾਨ ਵਰਗ ਵੱਲੋਂ ਵੀ ਗੁਰਬਾਣੀ ਸੰਖਿਆ ਪ੍ਰਤੀ ਖਾਸ ਰੁਚੀ ਦੇਖਣ ਨੂੰ ਮਿਲੀ ਹੈ। ਪ੍ਰੋਫੈਸਰ ਸਰਚਾਨ ਸਿੰਘ ਦੇ ਅਨੁਸਾਰ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਦੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਪੰਥਕ ਪ੍ਰਯੋਜਨ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਕੌਮੀ ਫਰਜ਼ਾਂ ਦੇ ਨਾਲ ਨਾਲ ਗੁਰਬਾਣੀ ਸੰਥਿਆ ਪ੍ਰਚਾਰ ਅਤੇ ਪ੍ਰਸਾਰ ਵੱਲ ਖਾਸ ਧਿਆਨ ਦਿੰਦਿਆਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦਮਦਮੀ ਟਕਸਾਲ ਵੱਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਕੀਤੇ ਜਾ ਰਹੇ ਸਮਾਗਮ ਨੂੰ ਇਤਿਹਾਸਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਗੁਰਬਾਣੀ ਅਦਬ ਦੇ ਖੇਤਰ ਵਿੱਚ ਦਮਦਮੀ ਟਕਸਾਲ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ। ਇਸ ਦੇ ਵਿਦਵਾਨਾਂ ਨੇ ਗੁਰਬਾਣੀ ਸ਼ੁੱਧ ਉਚਾਰ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਟਕਸਾਲ ਵੱਲੋਂ ਦੱਸੀ ਜਾ ਰਹੀ ਅਰਥਾਵਲੀ ਸਿਖਰ 'ਤੇ ਹੈ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਗੁਰਬਾਣੀ ਦੇ ਗਲਤ ਉਚਾਰ ਨੂੰ ਸ਼ਬਦ ਦੀ ਗੁਰੂ ਦੀ ਬੇਅਦਬੀ ਦੇ ਤੁਲ ਦੱਸਿਆ। ਉਹਨਾਂ ਗ੍ਰੰਥੀ ਰਾਗੀ ਅਤੇ ਪ੍ਰਚਾਰਕਾਂ ਨੂੰ ਪਾਠ ਬੋਧ ਸਮਾਗਮਾਂ ਵਿੱਚ ਜ਼ਰੂਰ ਹਿੱਸਾ ਲੈ ਕੇ ਗਿਆਨ ਪ੍ਰਾਪਤ ਕਰਨ ਦੀ ਅਪੀਲ ਕੀਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸ਼ੁੱਧ ਪਾਠ ਦੀਆਂ ਵਿਸ਼ੇਸ਼ਤਾਵਾਂ ਅਤੇ ਇਤਿਹਾਸਕ ਪੱਖ 'ਤੇ ਰੌਸ਼ਨੀ ਪਾਉਂਦਿਆਂ ਗੁਰਬਾਣੀ ਦੇ ਗੁਰ ਇਤਿਹਾਸ ਦੀ ਮਹਾਨਤਾ ਨੂੰ ਝਠਲਾਉਣ ਉੱਤੇ ਲੱਗੇ ਹੋਏ ਪੰਥ ਦੁਖੀ ਅਤੇ ਸਵਾਰਥੀ ਲੋਕਾਂ ਪ੍ਰਤੀ ਸੁਚੇਤ ਰਹਿਣ ਦੀ ਸੰਗਤ ਨੂੰ ਅਪੀਲ ਕੀਤੀ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖ ਕੌਮ 'ਚ ਸ਼ੁੱਧ ਪਾਠ ਦੀ ਪ੍ਰਤੀ ਆਏ ਅਵੇਸਲਾਪਣ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਬਿਨਾਂ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਨਹੀਂ ਜਾ ਸਕਦਾ। ਇਸ ਕਰਕੇ ਬਾਣੀ ਸ਼ੁੱਧ ਉਚਾਰਨ ਅਤੇ ਸਮਝ ਦੇ ਨਾਲ ਪੜ੍ਹੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਅਤੇ ਇਸ ਦਾ ਸ਼ੁੱਧ ਉਚਾਰਨ ਇੱਕ ਮਹਾਨ ਸੇਵਾ ਹੈ। ਸੰਗਤ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵਿੱਦਿਆ ਅਤੇ ਅਰਥ ਬੋਧ ਤੋਂ ਜਾਣੂ ਕਰਾਉਣਾ ਸਮੇਂ ਦੀ ਮੁੱਖ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸਿੱਖੀ ਦਾ ਪ੍ਰਮੁੱਖ ਸੋਮਾ ਗੁਰਬਾਣੀ ਹੈ, ਇਸੇ ਲਈ ਪੰਥ ਦੁਸ਼ਮਣ ਗੁਰਬਾਣੀ ਪ੍ਰਤੀ ਸ਼ੰਕੇ ਪੈਦਾ ਕਰਨ ਲਈ ਯਤਨਸ਼ੀਲ ਹੈ। ਉਹਨਾਂ ਸਮੇਤ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ, ਭਾਈ ਗੁਰ ਇਕਬਾਲ ਸਿੰਘ, ਬੀਬੀ ਕੌਲਾਂ ਜੀ, ਭਲਾਈ ਕੇਂਦਰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ, ਠੇਕੇਦਾਰ ਸਰਪ੍ਰਸਤ ਭਾਗ ਸਿੰਘ ਅਣਖੀ, ਸਕੱਤਰ ਸਰਦਾਰ ਸਵਿੰਦਰ ਸਿੰਘ ਕੱਥੂ ਨੰਗਲ, ਸ਼੍ਰੋਮਣੀ ਕਮੇਟੀ ਦੇ ਚੀਫ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਭਾਈ ਅਜੈਬ ਸਿੰਘ ਵਿਆਸੀ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ
किसान अंदोलन में श्रोमणी गुरद्वारा प्रबंधक कमेटी की भूमिका को लेकर भारतीय जनता पार्टी पंजाब के सीनियर आगू ते भाजपा के सबका कौमी सकत्र हरजीत सिंह गरेवाल ने श्रोमणी गुरद्वारा प्रबंधक कमेटी की प्रधान बीबी जगीर कौर को एक पत्र लिखा है। इस पत्र गरेवाल ने लिखा है कि वह फिरकू गतिविधियों तो दूर रहन और धार्मिक संस्था का अक्स बरकरार रखन। गरेवाल ने अपने पत्र में लिखा कि हाल ही दिल्ली के नाल लगदियां हद्दां उपर अंदोलन कर रहे किसानों के लिए श्रोमणी गुरुद्वारा प्रबंधक कमेटी आरजी शैड बना के देगी जिस सदका पक्षे मुहैया किए जाएंगे। गरेवाल ने कहा कि बतौर प्रधान बीबी जगीर कौर ने यह भी बयान दिता से कि किसानों लिए चल रहे लंगर और आरजी पखाने भी जारी रहेंगे। उन्हें कहा कि तुहाडे बयान में यह भी कहा गया है कि श्रोमणी गुरुद्वारा प्रबंधक कमेटी इस अंदोलन में मरण वाले किसानों के परिवारों को एक एक लख रुपए की वित्तीय सहायता दी जाएगी। गरेवाल ने इन फैसलों के संबंधी अपनी राय रखदिया दसिया कि श्रोमणी गुरुद्वारा प्रबंधक कमेटी की असल भूमिका गुरुद्वारा का प्रबंध देखना है। उन्हें कहा कि एक निरोल धार्मिक संस्था होने के नाते श्रोमणी गुरुद्वारा प्रबंधक कमेटी का किसान अंदोलन में सीधे तौर पर दखल देना जिथे वक् वक् मजहबों के लोग हैं। मैं समझता हाँ कि सिख गुरद्वारा एक्ट 1925 और पंजाब एक्ट 1925 तहत दी गई व्याख्या के उल्ट है। उन्होंने कहा कि श्रोमणी गुरुद्वारा प्रबंधक कमेटी ने इस तरह करके अपने अधिकार खेत्र हदा ही पार नहीं कीतियां सगों किसान अंदोलन एक फिरकू रंगत भी दिता है। इसनों के गरेवाल बेरोड़ी मंदभागी घटना आख रहा है। गरेवाल ने पत्र में बीबी जगीर कौर को अपील की है कि श्रोमणी गुरुद्वारा प्रबंधक कमेटी के प्रधान होने के नाते तुहानू इस तरह की गतिविधियों से दूर रहना चाहिए और एक धर्म संस्था का अक्स बरकरार रखना चाहिए। ਫਿਰੋਜ਼ਪੁਰ ਸੀਏ ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 25 ਮੋਟਰਸਾਈਕਲ ਸਮੇਤ 27 ਵਾਹਨਾਂ ਦੇ ਨਾਲ ਚੋਰ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਲੋਕ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਚੋਰੀ ਨੂੰ ਅੰਜਾਮ ਦਿੰਦੇ ਸਨ। सारा लिख दिया मैंने 33 नंबर इंजन नंबर इसीलिए लिखा ताकि किसी आप मीडिया में निकालो तो लोगों को पता लगे। नंबर लिखने का तो फायदा नहीं होता, नंबर तो सारे फेक। तरीका पता लगा सर कैसे चोरी करते थे, कोई ऐसा अलग से कोई नया इन्होंने तरीका निकाला? कुछ नहीं है, बस जहाँ मान लो कोई बंदा मार्केट जा रहा है या सुनसान थान पे खड़ी है उसको ये बेचने जा रहा है। किस एरिया से चोरी की है स्पेसिफिक? शहर तो कुछ लॉजिक के पन्ने में शहर तो नहीं थे लॉजिक के भी कसीदा जगह की पन्ने ये कहाँ निकाला? ये 3 नंबर पे जिसपे 4 लोग कदम हैं। अच्छा वहाँ से भागा हुआ था ये इधर आओ किराए ट्रेन छोड़ दे और बोल रहे हैं किराए ट्रेन के लिए तो सर गाड़ियाँ ऑलमोस्ट अपने जिले से ही चोरी हैं या बाहर से भी चोरी की हैं? देखो लगे हाँ जी सर, फिरोजपुर सीआईए स्टाफ को एक बहुत बड़ी सफलता मिली है कि जदों उन्होंने एक मुखबर खास की इतलाते दाणा मंडी पिंड जोक हरिहर के उत्थों तो 4 बंदे गिरफ्तार किए हैं। पहला हैगा मनप्रीत सिंह उर्फ कालू, दूजा हैगा हरप्रीत सिंह उर्फ हैप्पी, तीजा दलजीत उर्फ मत्ती, चौथा हैगा अनूप सिंह उर्फ अनुपा। इन्हों को पूरा पूछताछ असी किया तो टोटल रिकवरी 25 मोटरसाइकिल और 2 एक्टिवा असी रिकवर किए हैं। प्रेस नोट के असी इन दे सारे मेक मॉडल और 33 नंबर इंजन नंबर भी शो किए हैं कि ताकि लोगों को पता लग सके कि उन्हों का मोटरसाइकिल चोरी वाला तो ये नहीं है, क्योंकि यह लोग क्या करते हैं कि जो नंबर है वो बेसिकली फेक लगा लेते हैं, इसीलिए असी 33 नंबर इंजन नंबर का ब्यौरा देता है। इन्हों का जो प्रीवियस रिकॉर्ड हैगा जो मनप्रीत सिंह और काला हैगा उसके खिलाफ पहले भी 4 मुकदमे दर्ज हैगे NDPS और चोरी के मुकदमे हैगे, और जो दोषी दलजीत और फिर मत्ती है उन्होंने खिलाफ भी पहले एक माइनिंग एक्ट का एक पर्चा दर्ज हैगा, और असी डूंगाई नाल पूछताछ कर रहे हैं कि और भी असी रिकवरी होने के चांसिस है इन्होंने को सर इन्होंने को कुछ और भी बरामद हो जाए? नहीं, मोटरसाइकिल ही बरामद है इन्होंने को जो 27 जो रिकवरी दिखाई है। असी ये बेसिकली अपने जो शहर के भी काफ़ी चोरियां की और नेड़े नेड़े के पिंड है उन्होंने भी काफ़ी चोरी की है, जिते सुनसान थान पर कोई मोटरसाइकिल या भीड़ भाड़ इलाके में मान लो कोई बंदा शॉपिंग करने चला जाता है उत्थे कोई भी नहीं होता तो वो चोरी का शिकार कर लेते हैं। ये बेसिकली एक तो तरन तारण का है लेकिन हाल इतने सिटी के रहता है, बाकी थाना आरिफ के रहने वाले है बाकी 3। ਸਰ ਇੱਥੇ ਮਾਸੀਗੜ ਕੌਣ ਕਰ ਰਹੇ ਨੇ? ਨਹੀਂ ਗੈਂਗ ਹੈਗਾ ਪੂਰਾ, ਜਦੋਂ ਇਹ ਚਾਰੋਂ ਮਿਲ ਕੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਸਰ ਇਹ ਲੋਕਲ ਕੌਣ ਦਾ ਰਹਿ ਰਿਹਾ ਬੰਦਾ ਜੀ ਹੁਣ ਅੰਮ੍ਰਿਤਸਰ ਦਾ? ਲੋਕਲ ਇਹ ਅਭੀ ਆਇਆ, ਜ਼ਿਆਦਾ ਦਿਨ ਨਹੀਂ ਹੋਏ ਇਸਕੇ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਕਦਮ ਜ਼ੋਰਦਾਰ ਧਮਾਕਾ ਹੋ ਗਿਆ। ਰੇਲਵੇ ਪਲੇਟਫਾਰਮ ਦੇ ਨਾਲ ਖੜ੍ਹੇ ਯਾਤਰੀ ਵੀ ਇੱਕਦਮ ਕੰਬ ਉੱਠੇ ਅਤੇ ਰੇਲਵੇ ਵਿਭਾਗ ਦੇ ਹੱਥ ਪੈਰ ਫੁੱਲ ਗਏ।
ਅਤੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਧਮਾਕਾ ਕਿਸ ਚੀਜ਼ ਦਾ ਹੋਇਆ ਹੈ ਅਤੇ ਬਾਅਦ ਵਿੱਚ ਪਤਾ ਚੱਲਿਆ ਕਿ ਸਿਲੰਡਰ ਦਾ ਵਿਸਫੋਟ ਸੀ ਕੀ ਸੀ ਪੂਰਾ ਮਾਮਲਾ ਆਓ ਦੇਖਦੇ ਹਾਂ SHO ਬਲਵੀਰ ਸਿੰਘ ਜੀ ਆਰ ਪੀ ਥਾਣਾ ਅੰਮ੍ਰਿਤਸਰ ਸਰ ਕੀ ਮਾਮਲਾ ਕੀ ਹੋਇਆ ਮਾਮਲਾ ਜਿਹੜਾ ਅੱਗ ਬੁਝਾਊ ਯੰਤਰ ਹੁੰਦਾ ਇਹਨਾਂ ਦੇ ਕੋਲ ਸਿਲੰਡਰ ਉਹ ਫਟਿਆ ਉਹਦੇ 'ਤੇ ਵੇਖਦੇ ਹਾਂ ਇਨਵੈਸਟੀਗੇਸ਼ਨ ਕਰਦੇ ਹਾਂ ਵੀ ਕੀ ਹੈਗਾ ਇਹਦਾ ਮੈਟਰ ਹੈਗਾ ਜੋ ਵੀ ਤੱਥ ਸਾਹਮਣੇ ਆਏ ਉਹ ਸਾਹਮਣੇ ਲਿਆਵਾਂਗੇ ਦੱਸਾਂਗੇ ਤੁਹਾਨੂੰ ਇਹ ਕਮਰੇ 'ਚ ਕੰਮ ਕੀ ਹੁੰਦਾ ਸਰ ਇਹ ਗੱਡੀਆਂ ਦਾ ਸਾਰਾ ਕੰਟਰੋਲ ਜਿਹੜਾ ਵਾ ਇੱਥੇ ਆ ਪਾਵਰ ਕੈਬਨ ਹੈਗਾ ਜਾਨੀ ਨੁਕਸਾਨ ਅੰਦਰ ਚਾਰ ਪੰਜ ਮੁਲਾਜ਼ਮ ਸੀ ਟੋਟਲ ਸੱਤ ਅੱਠ ਮੁਲਾਜ਼ਮ ਹੁੰਦੇ ਆ ਇਹਨਾਂ ਦੇ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਿਲੰਡਰ ਫਟਣ ਦੇ ਨਾਲ ਕੰਧਾਂ ਕੁੰਧਾਂ ਕਾਫੀ ਪਾਟੀਆਂ ਹਾਂਜੀ ਕੰਧਾਂ ਦੇ ਵਿੱਚ ਆ ਦੇਖੋ ਛੇਕ ਹੋਇਆ ਕੰਧ ਨੂੰ ਨੁਕਸਾਨ ਹੋਇਆ ਕੰਮ ਸਰ ਪਤਾ ਨਹੀਂ ਲੱਗਿਆ ਕਿੱਦਾਂ ਫਟਿਆ ਨਹੀਂ ਅਜੇ ਤਾਂ ਵੈਰੀਫਾਈ ਕਰਦੇ ਹਾਂ ਜੋ ਵੀ ਗੱਲ ਸਾਹਮਣੇ ਆਈ ਵਾਪਸੀ ਉਹ ਵੀ ਸਾਹਮਣੇ ਆਏ ਲਿਆਵਾਂਗੇ ਆਪਾਂ ਠੀਕ ਥੈਂਕ ਯੂ ਸਰ ਮਸ਼ੀਨ ਸੇਫ ਹੈ ਔਰ ਸਾਰਾ ਸਾਡੇ ਸਿਸਟਮ ਸੇਫ ਹੈ ਕੋਈ ਐਸੀ ਮੇਰਾ ਨਾਮ ਅਸ਼ੋਕ ਸਿੰਘ ਸਵਾਰੀ ਹੈ ਡਿਵੀਜ਼ਨਲ ਆਪਰੇਸ਼ਨਸ ਮੈਨੇਜਰ ਸਰ ਫਟਿਆ ਕੀ ਵੈਸੇ ਪਤਾ ਲੱਗਾ ਕੁਛ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਬਾਕੀ ਕਹਿ ਰਹੇ ਆ ਫਾਇਰ ਐਕਸਟਿੰਗੂਇਸ਼ਰ ਫਟਿਆ ਜਿਹੜਾ ਅੱਗ ਬੁਝਾਉਂਦੇ ਆ ਬਸ ਹੋਰ ਕੋਈ ਐਸੀ ਗੱਲ ਸਭ ਕੁਝ ਸੇਫ ਹੈ ਕੋਈ ਐਸੀ ਕਿੰਨੇ ਲੋਕ ਸਿਲੰਡਰ ਸਰ ਕਿਹੜਾ ਸੀ ਨਹੀਂ ਬਸ ਅਤੇ ਹੁਣ ਅੱਜ ਦੀਆਂ ਮੁੱਖ ਖਬਰਾਂ ਸਮਾਪਤ ਕਰਦੇ ਹਾਂ ਧੰਨਵਾਦ।